ਤੇ ਟਿੰਕੀ ਨਵਾਂ ਆਪਸ਼ਨ ਆਇਆ ਉਹ ਆਈ ਜੀ ਟੀਵੀ ਵੀਡੀਓ ਬਣਦੀ ਆਈ ਜੀ ਟੀਵੀ ਹੁੰਦੀ ਉਹ ਪੈ ਜਾਂਦੀ ਹੁਣ ਆਪਾਂ ਵੀ ਆਰ ਲਾਈਵ ਨਾ ਉਹ ਆ ਇਸ ਤਰ੍ਹਾਂ ਯੂ ਹੈਵ ਏਵਰੀਥਿੰਗ ਫੋਰ ਯੂਅਰ ਸਟਾਰ ਮੈਂ ਇੱਧਰੋਂ ਆਵਾਜ਼ ਕਰੀ ਜਾਂਦਾ ਆਪਣੇ ਫੋਨ ਦੀ ਆਵਾਜ਼ ਬੜੀ ਘੱਟ ਆ ਫੁੱਲ ਓਕੇ ਆ ਵਾਲਾਂ ਠੀਕ ਹੈ ਨਾ ਵਾਲਾਂ ਵਾਲਾ ਸਿਸਟਮ ਕਰ ਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਕਿ ਸਾਰੇ ਜਣੇ ਵੈਰੀ ਗੁੱਡ ਹੋਵੋਗੇ ਅਤੇ ਆਪ ਆਪਣੀ ਲਾਈਫ ਇੰਜੋਏ ਕਰਦੇ ਹੋਵੋਗੇ ਅਤੇ ਗਾਇਸ ਅੱਜ ਗਾਣਾ ਆਇਆ ਹਰ ਜਿਵੇਂ ਵੀ ਜਿਹੜਾ ਅਤੇ ਬਹੁਤ ਘੈਂਟ ਗਾਣਾ ਅਸੀਂ ਸਾਰੇ ਸਾਡੇ ਯਾਰ ਬੇਲੀ ਸਾਡੇ ਭਰਾ ਸਾਰੇ ਅਸੀਂ ਇਕੱਠੇ ਹਾਂ ਇਸ ਗਾਣੇ ਦੇ ਤੁਸੀਂ ਸੁਣੋ ਗਾਣਾ ਇੰਜੋਏ ਕਰੋਗੇ ਤੁਸੀਂ ਐਂਡ ਪੂਰਾ ਗਾਣਾ ਲਾ ਫਿਰ ਪੂਰਾ ਸੁਣਾਉਣਾ ਗਾਣਾ ਬਹੁਤ ਸੋਹਣਾ ਤੁਸੀਂ ਪਸੰਦ ਕਰੋਗੇ ਸਾਰੇ ਅਤੇ ਕਾਲਜ ਦੀਆਂ ਯਾਦਾਂ ਜਿਹੜੇ ਜਿਹੜੇ ਕਾਲਜ ਜਾ ਹਟੇ ਆ ਜਿਹੜੇ ਜਾਂਦੇ ਆ ਹੁਣ ਫਿਲਹਾਲ ਤਾਂ ਸਾਰਿਆਂ ਨੂੰ ਛੁੱਟੀਆਂ ਅਤੇ ਜਿਹੜੇ ਪਾਸ ਆਊਟ ਹੋ ਗਏ ਉਹਨਾਂ ਨੂੰ ਵੀ ਆਪਣੇ ਟਾਈਮ ਦੀ ਯਾਦ ਆਊਗੀ ਕਿ ਕਾਲਜ ਕਿੱਦਾਂ ਇੰਜੋਏ ਬੰਦਾ ਕਰਦਾ ਅਤੇ ਆਲ ਗੁੱਡ ਹੁੰਦਾ ਕਾਲਜ ਹੋਰ ਕੀ ਹਾਲ ਚਾਲ ਵੀ ਸਾਰਿਆਂ ਦੇ ਗਾਣੇ ਦੇ ਸ਼ੂਟ 'ਤੇ ਸਾਨੂੰ ਬਹੁਤ ਨਜ਼ਾਰਾ ਆਇਆ ਅਤੇ ਬਹੁਤ ਵਧੀਆ ਗਾਣਾ ਸੀ ਅਤੇ ਸਾਰਿਆਂ ਨੂੰ ਬਹੁਤ ਇੰਜੋਏ ਕੀਤਾ ਹੈਲੋ ਅਮਨ ਜੀ ਹੈਲੋ ਰਿਪਲਾਈ ਕਰਤਾ ਤੁਹਾਡਾ ਹੈਲੋ ਜੀ ਹੈਲੋ ਅਰਸ਼ ਜੀ ਬਹੁਤ ਵਧੀਆ ਗਾਣਾ ਥੈਂਕ ਯੂ ਜੀ ਅਮਨ ਜੀ ਥੈਂਕ ਯੂ ਥੈਂਕ ਯੂ ਮਾਈਕਲ ਜੀ ਮਾਈਕਲ ਸੱਜ ਰਾਈਟਰ ਸਾਹਿਬ ਕੈਂਡ ਸਾਹਿਬ ਜੀ ਤੇਰਾ ਗਾਣਾ ਜੀ ਥੈਂਕ ਯੂ ਮਾਈਕਲ ਜੀ ਥੈਂਕ ਯੂ ਪਤਾ ਨਹੀਂ ਨਾਮ ਮੈਨੂੰ ਸੋਰੀ ਪੜ੍ਹਨਾ ਨਹੀਂ ਆਇਆ ਪਰ ਗਾਣਾ ਉਹਨਾਂ ਨੇ ਕੁਛ ਨਹੀਂ ਪੁੱਛਿਆ ਆਪਕਾ ਨੈਕਸਟ ਸੌਂਗ ਕਬ ਆਏਗਾ ਕਬ ਆ ਰਹਾ ਹੈ ਓਕੇ ਬਈ ਆਪਣਾ ਗਾਣਾ ਜਲਦੀ ਆ ਜਾਣਾ ਆਈ ਹੋਪ ਕਿ ਆਹ ਮਹੀਨੇ ਆ ਜਾਊਗਾ ਗਾਣਾ ਬਹੁਤ ਸੋਹਣਾ ਬਣਿਆ ਹੋਇਆ ਮੈਨੂੰ ਬਹੁਤ ਪਸੰਦ ਆ ਗਾਣਾ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਗਾਣਾ ਪਸੰਦ ਆ ਅਤੇ ਮੈਂ ਬਹੁਤ ਸੁਣਦਾ ਗਾਣਾ ਅਤੇ ਜ਼ਿਆਦਾ ਇਹ ਵੀ ਸੁਣਿਆ ਤਾਂ ਵੀ ਸੁਣਿਆ ਕਿ ਪਹਿਲਾਂ ਤਸੱਲੀ ਕਰ ਲਈ ਆਪਣੀ ਕਿ ਕਿਹਦੀ ਕੀ ਕਮੀ ਪੇਸ਼ੀ ਕੋਈ ਰਹਿ ਗਈ ਬਾਕੀ ਕਮੀਆਂ ਤੁਸੀਂ ਦੱਸ ਦੇਣੀਆਂ ਵਾ ਗਾਣਾ ਸੋਹਣਾ ਬਣ ਗਿਆ ਬਸ ਆਈ ਹੋਪ ਕਿ ਆਹ ਮਹੀਨੇ ਆਪਾਂ ਕਰ ਦਾਂਗੇ ਅਤੇ ਉਦੋਂ ਤੱਕ ਤੁਸੀਂ ਚੀਮੀ ਵੀਰ ਦਾ ਗਾਣਾ ਸੁਣੋ ਗਾਣਾ ਤੁਸੀਂ ਪਸੰਦ ਕਰੋਗੇ ਯਾਰ ਪਾਕਿਸਤਾਨ ਤੋਂ ਜੀ ਜੁਨੀਦ ਜੁਨੀਦ ਗੁਰਦਾਰ ਥੈਂਕ ਯੂ ਜੀ ਥੈਂਕ ਯੂ ਉਹ ਸਾਡੇ ਪਿੰਡ ਵਾਲਾ ਵੀ ਆ ਗਿਆ ਜੀ ਗੁਰਪੀ ਢਿੱਲੋ ਸਾਹਿਬ ਕੀ ਹਾਲ ਚਾਲ ਮੈਂ ਆਈ ਡੀ ਮੈਨਸ਼ਨ ਕਰੂੰਗਾ ਢਿੱਲੋ ਤੇਰੀ ਹੈ ਨਾ ਬਾਈ ਬਹੁਤ ਸਾਡੇ ਪਿੰਡ ਤੋਂ ਆ ਸੁਲਤਾਨਪੁਰੋਂ ਸਾਡੇ ਡੇਰਾ ਸਹੀਦਾਂ ਤੋਂ ਸਾਡੇ ਪਿੰਡ ਤੋਂ ਆ ਬਾਈ ਅਤੇ ਬਹੁਤ ਵਧੀਆ ਵਧੀਆ ਵੀਡੀਓਸ ਬਣਾਉਂਦਾ ਸੀਗਾ ਅਤੇ ਘੈਂਟ ਆ ਬਾਈ ਮੈਂ ਆਈ ਡੀ ਮੈਨਸ਼ਨ ਕਰੂੰ ਤੁਸੀਂ ਫੋਲੋ ਕਰੀਓ ਬਾਈ ਨੂੰ ਠੀਕ ਆ ਅਤੇ ਓਕੇ ਗੁਰਸ਼ਰਨ ਗੁਰਸ਼ਰਨ ਨਵੇਂ ਪਿੰਡੀਆ ਮੇਰੇ ਯਾਰ ਵਿਹਲੀ ਆਏ ਹੋਏ ਅੱਜ ਸਾਰੇ ਸਾਰੇ ਲਾਈਵ 'ਚ ਨਵੇਂ ਪਿੰਡ ਤੋਂ ਗੁਰਸ਼ਰਨ ਬਹੁਤ ਮੇਰਾ ਖਾਸ ਭਰਾ ਵਾ ਅਤੇ ਮੇਰਾ ਬੈਸਟ ਫਰੈਂਡ ਆ ਯਾਰ ਬੰਦਾ ਬਹੁਤ ਘੈਂਟ ਬੰਦਾ ਯਾਰ ਆਪਾਂ ਇਕੱਠੇ ਸਕੂਲੇ ਪੜ੍ਹੇ ਅਤੇ ਬਹੁਤ ਘੈਂਟ ਟਾਈਮ ਸੀਗਾ ਉਹ ਵੀ ਸਕੂਲ ਪੜ੍ਹਦੇ ਸੀ ਵਧੀਆ ਸੀ ਐਕਟਿੰਗ ਵਾਸਤੇ ਓਕੇ ਜਸ ਜੀ ਥੈਂਕ ਯੂ ਤੁਸੀਂ ਕਹਿੰਦੇ ਤੁਹਾਡੀ ਐਕਟਿੰਗ ਬਹੁਤ ਵਧੀਆ ਬਸ ਮੈਂ ਇਹੀ ਕਮੈਂਟ ਥੱਲੇ ਦੇਖ ਰਿਹਾ ਸੀ ਵੀ ਕੋਈ ਇੱਦਾਂ ਲਿਖ ਦੇਵੇ ਕਿ ਤੁਹਾਡੀ ਐਕਟਿੰਗ ਬਹੁਤ ਵਧੀਆ ਵਾ ਥੈਂਕ ਯੂ ਜੀ ਮਾਵੀ ਟੈਲ ਮੀ ਟੈਲ ਮੀ ਕੀ ਟੈਲ ਮੀ ਜੀ ਬਸ ਇਹ ਲਿਖਿਆ ਜੀ ਹਾਏ ਟੈਲ ਮੀ ਹੈਲੋ ਹੈਲੋ ਜੀ ਗੁਰਜੋਤ ਤੁਸੀਂ ਪੁੱਛ ਸਕਦੇ ਆ ਹੈਲੋ ਦੀ ਬਜਾਏ ਤੁਸੀਂ ਗਾਣੇ ਬਾਰੇ ਪੁੱਛ ਸਕਦੇ ਆ ਤੁਸੀਂ ਆਪਣੇ ਕੁਛ ਵੀ ਤੁਹਾਡੇ ਮਨ 'ਚ ਕੋਈ ਗੱਲ ਹੋਵੇ ਗੱਲਾਂ ਕਰ ਸਕਦੇ ਮੇਰੇ ਨਾਲ ਬਾਕੀ ਜਿਹੜੇ ਜਿਹੜੇ ਹੈਲੋ ਕਰ ਰਹੇ ਉਹਨਾਂ ਨੂੰ ਹੈਲੋ ਜੀ ਬਹੁਤ ਬਹੁਤ ਪਿਆਰ ਸਤਿਕਾਰ ਅਤੇ ਅਰਸ਼ ਜੀ ਸਟੱਡੀ ਕਿੱਥੋਂ ਕੀਤੀ ਕਿੱਥੇ ਤੱਕ ਕੀਤੀ ਕਿੱਥੇ ਤੱਕ ਅਰਸ਼ ਜੀ ਅਸੀਂ ਸਟੱਡੀ ਕੀਤੀ ਆ ਉਹ ਅਸੀਂ ਨਹੀਂ ਦੱਸ ਸਕਦੇ ਸੋਰੀ ਪਰ ਅਸੀਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸਟੱਡੀ ਕੀਤੀ ਆ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਤੋਂ
ਸਾਡਾ ਸਕੂਲ ਬਹੁਤ ਵਧੀਆ ਸੀ ਅਤੇ ਕਦੀ ਅਸੀਂ ਹੁਣ ਜਦੋਂ ਮੈਂ ਸੁਲਤਾਨਪੁਰ ਜਾਊਂਗਾ ਅਤੇ ਜੇ ਸਕੂਲ ਵੱਲ ਨੂੰ ਗੇੜਾ ਵੱਜਣ ਨਹੀਂ ਗੇੜਾ ਤਾਂ ਕੀ ਵੱਜਣਾ ਜੇ ਆਵਾਂਗੇ ਸਕੂਲ ਵੱਲ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਥੋੜ੍ਹੇ ਜਿਹੇ ਸਕੂਲ ਦਿਖਾਊਂਗਾ ਮੈਂ ਥੋੜ੍ਹਾ ਟਾਈਮ ਅਤੇ ਐਕਟਿੰਗ ਬਹੁਤ ਸਿਰਾ ਅੱਛਾ ਜੀ ਦੂਜਾ ਕਮੈਂਟ ਆ ਗਿਆ ਜੀ ਐਕਟਿੰਗ ਬਹੁਤ ਸਿਰਾ ਥੈਂਕ ਯੂ ਬਹੁਤ ਵਧੀਆ ਲੱਗ ਰਿਹਾ ਰਵ ਢਿੱਲੋ ਜੀ ਰਵ ਢਿੱਲੋ ਵੀ ਦੇਖ ਰਿਹਾ ਸਾਨੂੰ ਸ਼ਾਇਦ ਸਾਡੇ ਘਰ 'ਚ ਹੀ ਬੈਠੇ ਹੋਏ ਆ ਜਾਂ ਬਾਹਰ ਗਏ ਹੁਣ ਸਿਰ ਲਗਾ ਰਿਹਾ ਅੱਛਾ ਥੈਂਕ ਯੂ ਜੀ ਥੈਂਕ ਯੂ ਰਵ ਢਿੱਲੋ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਰਵ ਢਿੱਲੋ ਜੀ ਬਹੁਤ ਸੋਹਣੀ ਵੀਡੀਓ ਬਣਾਉਂਦੇ ਆ ਵੀਡੀਓ ਡਾਇਰੈਕਟਰ ਆ ਬਹੁਤ ਵਧੀਆ ਵੀਡੀਓਜ਼ ਬਣਾਉਂਦੇ ਆ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਸਿਰਾ ਐਕਟਿੰਗ ਕੀਤੀ ਇਹਦਾ ਮਤਲਬ ਕਿ ਸਿਰਾ ਹੀ ਕੀਤੀ ਨਹੀਂ ਮੈਂ ਉਹਨਾਂ 'ਤੇ ਤਾਂ ਸਵਾਲ ਜਵਾਬ ਨਹੀਂ ਜ਼ਿਆਦਾ ਕਰ ਸਕਦਾ ਓਕੇ 500 ਯਾਰ ਗਾਣਾ ਸੁਣਾ ਦਿਓ ਓਕੇ ਇਟਸ ਢਿੱਲੋ ਜੀ ਕਹਿ ਰਹੇ ਕਹਿੰਦੇ 500 ਯਾਰ ਗਾਣਾ ਸੁਣਾ ਦਿਓ ਓਕੇ ਜੀ ਸੁਣਾ ਦਿੰਦੇ ਹੋਊਗਾ ਸੋਹਣੀ ਤਿਆਰ ਇੱਕ ਕਾਲੇ ਰੰਗ ਦਾ ਇੱਕ ਖੰਡੇ ਨਾਲ ਯਾਰੀ ਜਿਹੜਾ ਵੈਰੀ ਟੰਗਦਾ ਉਹ ਇੱਕ ਸਿਰ ਪਰ ਟਕੂਆ ਵੀ ਰੱਖਿਆ ਖੋਲੇ ਸਿਰ ਜਿਹੜਾ ਖਾਰ ਰੱਖਦਾ ਉਹ ਮੁੰਡਾ ਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਲੋਕੀ ਕਹਿੰਦੇ ਕੱਬਾ ਜਾਂ ਸੁਭਾਅ ਜੱਟਦਾ ਕਾਲਾ ਕੁੜਤਾ ਜੋ ਅੱਲੜਾਂ ਦੇ ਦਿਲ ਪੱਟਦਾ ਉਹ ਅੱਖਾਂ ਨੀਲੀਆਂ ਤੋਂ ਨਸ਼ਾ ਕਿੱਥੋਂ ਹੋਣਾ ਸੋਹਣੀ ਹੀ ਨਹੀਂ ਜਿਹੜਾ ਦੇਸੀ ਦੀਆਂ ਬੋਤਲਾਂ ਦੇ ਡੱਟ ਪੱਟਦਾ ਉਹ ਠੁੱਕ 5-7 ਪਿੰਡਾਂ 'ਚ ਨਹੀਂ ਸੋਹਣੀਆਂ ਹੀ ਨਹੀਂ ਮਾਰ ਬਾਡਰਾਂ ਤੋਂ ਬਾਹਰ ਰੱਖਦਾ ਉਹ ਮੁੰਡਾ ਲੜਾਂ ਤੋਂ ਰੱਖਦਾ ਏ ਫਾਸਲੇ ਨਹੀਂ ਬਸ 5-7 ਯਾਰ ਰੱਖਦਾ ਇੱਕ ਮੇਰਾ ਭਰਾ ਮੇਰੇ ਨਾਲ ਇਸ ਟਾਈਮ ਮੌਜੂਦ ਹੈ ਤਾਂ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਮੈਨੂੰ ਲਾਈਵ 'ਚ ਲਈ ਨਾ ਮੇਰੀ ਹਾਲਤ ਨਹੀਂ ਵਧੀਆ ਇਹ ਹੈ ਉਹ ਹੈ ਮਤਲਬ 36 ਬਹਾਨੇ ਮਾਰੇ ਸੀ ਉਹ ਮੇਰੀ ਆਪ ਸਟੋਰੀ ਬਣਾਉਂਦਾ ਪਿਆ ਦੇਖੋ ਉਹਦੀ ਹਾਲਤ ਕੀ ਨਹੀਂ ਵਧੀਆ ਹੈਲੋ ਗੁੰਨੂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਗੁੰਨੂ ਸਿੱਧੂ ਜੀ ਨੂੰ ਮਿਲੋ ਤੁਸੀਂ ਅਤੇ ਬਾਈ ਜੀ ਦੀ ਹਾਲਤ ਬਹੁਤ ਵਧੀਆ ਵਾ ਇੱਦਾਂ ਦੀ ਗੱਲ ਨਹੀਂ ਵੀ ਲਾਈਵ 'ਚ ਨਹੀਂ ਆ ਸਕਦੇ ਬਸ ਐਵੇਂ ਹੀ ਹੋਊਗਾ ਜੇ ਬਣਾਇਆ ਹੋਇਆ ਕਿ ਪਤਾ ਨਹੀਂ ਕੀ ਆ ਲਾਈਵ ਹੋ ਗਿਆ ਨਾ ਪਤਾ ਨਹੀਂ ਕਿੱਡਾ ਕੁ ਮੇਕਅਪ ਹੋ ਕਰਕੇ ਨਹੀਂ ਵਧੀਆ ਨਹੀਂ ਹੈਗਾ ਅੱਛਾ ਵਾ ਹਲੇ ਵੀ ਬਾਈ ਇਹ ਕਹੀ ਜਾਂਦਾ ਕਹਿੰਦਾ ਵੀ ਵਧੀਆ ਨਹੀਂ ਹੈਗਾ ਓਕੇ ਤੁਹਾਡੀ ਤੁਹਾਡੀ ਵੋਕਲਸ ਬਹੁਤ ਸਿਰ ਹੋ ਜੀ ਓਕੇ ਥੈਂਕ ਯੂ ਸੁੱਖ ਜੀ ਕਹਿ ਰਹੇ ਨੇ ਕਹਿੰਦੇ ਤੁਹਾਡੀ ਵੋਕਲ ਬਹੁਤ ਵਧੀਆ ਥੈਂਕ ਯੂ ਸੁੱਖ ਜੀ ਵੇਟ ਸੁਣਾ ਦਿਓ ਵੇਟ ਵੀ ਸੁਣਾ ਦਿੰਦੇ ਹਾਂ ਜੀ ਅੱਛਾ ਅਮਨਦੀਪ ਲਾਈਫ ਓਏ ਹੋਏ ਹੋਏ ਯਾਰ ਆਏ ਚਲ ਗਿਆ ਫੋਨ ਆ ਗਿਆ ਸੀ ਸੋਰੀ ਸੋਰੀ ਜੀ ਫੋਨ ਆ ਗਿਆ ਮੇਰੇ ਫਾਦਰ ਸਾਹਿਬ ਦਾ ਫੋਨ ਆ ਗਿਆ ਸੀ ਉਹਨਾਂ ਨੇ ਵੀ ਸ਼ਾਇਦ ਥੋੜ੍ਹੀਆਂ ਜਿਹੀਆਂ ਦੱਸਣਾ ਸੀ ਵੀ ਤੇਰੀ ਐਕਟਿੰਗ ਠੀਕ ਆ ਉਹਨਾਂ ਨੇ ਗਾਣਾ ਸੁਣਿਆ ਹੋਣਾ ਅਤੇ ਸ਼ਾਇਦ ਉਸ ਬਾਰੇ ਗੱਲ ਕਰਨੀ ਹੋ ਵੀ ਸਕਦਾ ਵੀ ਸ਼ਾਇਦ ਉਸ ਬਾਰੇ ਗੱਲ ਕਰਨੀ ਹੋਵੇ ਹੈ ਨਾ ਐਵੀ ਜੀ ਪੁੱਛ ਰਹੇ ਕਹਿੰਦੇ ਜਸ ਮਾਣਕ ਕਿੱਥੇ ਆ ਬ੍ਰੋ ਜਸ ਮਾਣਕ ਆਪਣੇ ਦਿਲਾਂ 'ਚ ਆ ਵੀਰੇ ਸਾਰਿਆਂ ਦੇ ਦਿਲਾਂ 'ਚ ਆ ਜਸ ਮਾਣਕ ਪਰ ਇਸ ਟਾਈਮ ਇੱਥੇ ਮੌਜੂਦ ਨਹੀਂ ਹੈਗਾ ਉਹ ਬਾਈ ਬਹੁਤ ਬਿਜ਼ੀ ਆ ਥੋੜ੍ਹਾ ਉਹ ਆਪਣੇ ਕੰਮਾਂ ਕਾਰਾਂ 'ਚ ਉਲਝੇ ਹੋਏ ਆ ਅਤੇ ਬਸ ਫੇਰ ਗਾਣਾ ਸੁਣਾ ਦਿਓ ਦੂਸਰੀ ਫਰਮਾਇਸ਼ ਕਹਿੰਦੇ ਵੇਟ ਗਾਣਾ ਸੁਣਾ ਲਓ ਜੀ ਤੇਰੀਆਂ ਸਹੇਲੀਆਂ ਕੱਲੀ ਕੱਲੀ ਨੂੰ ਮੈਂ ਹਿੱਟ ਕਰਦੀ ਛੇਤੀ ਛੇਤੀ ਆ ਜਾ ਸੋਹਣਿਆ ਤੇਰੀ ਚਰਾਂ ਤੋਂ ਮੈਂ ਵੇਟ ਕਰਦੀ ਅੱਛਾ ਇੱਕ ਇੱਕ ਕਮੈਂਟ ਆਇਆ ਜੀ ਜੇ ਕੌਰ ਜੀ ਦਾ ਆਇਆ ਕਹਿੰਦੇ ਫਾਦਰ ਸਾਹਿਬ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹਿ ਦਿਓ ਜ਼ਰੂਰ ਜੀ ਮੈਂ ਜੇ ਕੌਰ ਜੀ ਤੁਹਾਡੇ ਵੱਲੋਂ ਸਤਿ ਸ਼੍ਰੀ ਅਕਾਲ ਬੋਲ ਦੂੰਗਾ ਸਾਰਿਆਂ ਵੱਲੋਂ ਅਤੇ ਅਗਲਾ ਗਾਣਾ ਕਦੋਂ ਆਉਣਾ ਅੱਛਾ ਅਮਨਦੀਪ ਜੀ ਪੁੱਛ ਰਿਹਾ ਕਹਿੰਦੇ ਵੀ ਤੁਹਾਡਾ ਅਗਲਾ ਗਾਣਾ ਕਦੋਂ ਆਉਣਾ ਅਮਨਦੀਪ ਜੀ ਤੁਹਾਨੂੰ ਸਾਰਾ ਪਤਾ ਤੁਸੀਂ ਮੇਰਾ ਅਗਲਾ ਗਾਣਾ ਸੁਣਿਆ ਵੀ ਹੋਇਆ ਅਮਨਦੀਪ ਲਾਈਫ ਜੀ ਨੇ ਅਤੇ ਤੁਸੀਂ ਬਸ ਇੱਕ ਕਮੈਂਟ ਕਰ ਰਹੇ ਹੋ ਥੱਲੇ ਇੱਕ ਮਿੰਟ ਦੁਨੀਆ ਵਾ ਦੁਨੀਆ ਆਈ ਹੋਈ ਹਾਂਜੀ ਨਹੀਂ ਫਿਰ ਮੈਂ ਰੁਕ ਜਾਂਦੇ ਹਾਂ ਚਲੋ ਕੋਈ ਨਾ ਕਦੋਂ ਆਉਣਾ ਮੁਬਾਰਕਾਂ ਇੱਕ ਵਾਰੀ ਫਿਰ ਮੇਰਾ ਵੱਡਾ ਭਰਾ ਜਾ ਰਿਹਾ ਪਿੰਡ ਤੇ
हाँ जी नवे सोंग की अपडेट ये दे दें कि अपना नवा सोंग आई होप कि आ महीने आ जाऊगा। बाकी जो भी मैं थोड़ा श्योर होऊंगा इस बारे कि गाना कदों आ रहा, जो गाना कंप्लीट हो जाऊगा, वीडियो वीडियो बन जाऊगी उदो मैं तुम्हें प्रॉपर दस दूंगा। फिलहाल अपने लाइव होने का कारण यह सगा कि छीमी वीर का गाना आ जी कॉलेज वाले यार भरा होनी वे तुम दिखे थोड़े जे नहीं सारी वीडियो दिखे तो सारे साढ़े बड़े भरा छोटे भरा सारे जने बेच तीन देखो तुम पसंद करोगे तो वीडियो लाइक करो एंड जो तुम वधिया लगा तो लाइक करो जो जो कमियां लगियां तुम दसो तुम मैं मैसेज कर सकते हैं सारी टीम मैसेज कर सकते हैं गाने लिए जो भी रिव्यूज है तुहाडे जाके सुनो गाना पर मैनू ये लगता कि तुम सारे जने गाना पसंद करोगे। लो जी आ गया राव ढिलो जी राव ढिलो जी ढिलो साहब कितना अच्छा अच्छा जे राव ढिलो ने एक्टिंग का कहता भरा ने मतलब बहुत वधिया ही होगी क्योंकि भरा बहुत सोहना लाइव हां अच्छा हां मुसाहिब जी नाल रव मर जे दस प्रॉपर एक्टिंग का एक्टिंग मैनू बहुत मेहनत करनी पई अच्छा अच्छा मुसाहिब जी अज प्रॉपर तैयार तीर हो पे मुसाहिब जी मैं गाना सुन रहा अच्छा अच्छा चलो ओके जी तू भी चलना।